ਕੋਈ ਟਾਈਮ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਆਓ ਜਿੱਥੇ ਥੈਂਕ ਯੂ ਸਰ ਅੱਜ ਤੁਸੀਂ ਪ੍ਰੈਜ਼ੀਡੈਂਟ ਨੂੰ ਮਿਲ ਕੇ ਆਏ ਹੋ ਕੀ ਹੋਇਆ ਦੱਸੋ ਕੁਝ ਦੇਖੋ ਅਸੀਂ ਦਾ ਨਾਂ ਕੀ ਹੈ ਇਤਨੀ ਪ੍ਰੈਜ਼ੀਡੈਂਟ ਦੇ ਜਿਹੜਾ ਚੀਫ ਸੈਕਟਰੀ ਹੈਗਾ ਉਸਨੂੰ ਮਿਲ ਕੇ ਆਇਆ ਹਾਂਜੀ ਮਿਸਟਰ ਕ੍ਰਿਸਟਨ ਔਰ ਮਿਸਟਰ ਫਰਨੈਂਡਿਸ ਨਾਲ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਜਿਹੜੀ ਹੈਗੀ ਅਗਲੇ ਚਾਰ ਦਿਨ ਬਹੁਤ ਬਿਜ਼ੀ ਹੈਗੀ ਕਿਉਂਕਿ ਕਾਨਫਰੰਸ ਹੋ ਰਹੀਆਂ ਸਾਰੀਆਂ ਹੋ ਰਹੀਆਂ ਔਰ ਔਨ ਮੰਡੇ ਅਸੀਂ ਤੁਹਾਨੂੰ ਅਪਾਇੰਟਮੈਂਟ ਪ੍ਰੈਜ਼ੀਡੈਂਟ ਨਾਲ ਲੈ ਕੇ ਜਾਵਾਂਗੇ ਅਸੀਂ ਆਪਣੀ ਜਿਹੜੀ ਪਟੀਸ਼ਨ ਪਾਈ ਸੀ ਜਿਹੜੀ ਸਾਡੇ ਸੁਪਰੀਮ ਕੋਰਟ ਦੇ ਵਕੀਲ ਸਰ ਕੇ ਟੀ ਐਸ ਤੁਲਸੀ ਨੇ ਲਿਖੀ ਹੈ ਉਹ ਅਸੀਂ ਉਹਨਾਂ ਨੂੰ ਦਿੱਤੀ ਹੈਗੀ ਉਹ ਅਸੀਂ ਉਹਨਾਂ ਨੂੰ ਕਿਹਾ ਬਈ ਪੰਜਾਬ ਦੇ ਵਿੱਚ ਪਿਛਲੇ 14-15 ਸਾਲ ਤੋਂ ਹਾਲਾਤ ਬਹੁਤ ਨਾਰਮਲ ਹੈਗੇ ਮੋਸਟ ਪੀਸਫੁਲ ਸਟੇਟ ਹੈਗਾ ਇਸ ਵਕਤ ਇੰਡੀਆ ਦਾ ਪੰਜਾਬ ਇਹ ਐਸਾ ਘਟਨਾਕ੍ਰਮ ਹੋਇਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਵਾਤਾਵਰਣ ਖਰਾਬ ਹੋਣ ਦੇ ਚਾਂਸਿਸ ਹੈਗੇ ਇਸ ਲਈ ਸਾਡੀ ਰਿਕੁਐਸਟ ਹੈਗੀ ਕਿ ਇਸ ਬੰਦੇ ਦੀ ਜਿਹੜੀ ਹੈਗੀ ਬਲਵੰਤ ਸਿੰਘ ਰਾਜਵਾਣਾ ਦੀ ਜਿਹੜੀ ਫਾਂਸੀ ਲੱਗਣੀ ਹੈ 31 ਤਰੀਕ ਨੂੰ ਉਹ ਨਾ ਲੱਗ ਜਾਵੇ ਉਸ ਨੂੰ ਅੱਗੇ ਪਾਇਆ ਜਾਵੇ ਔਰ ਫਿਰ ਜੁਡੀਸ਼ੀ ਦੇ ਹਿਸਾਬ ਸਿਰ ਉਹਨਾਂ ਦੀ ਗੱਲ ਸੁਣ ਕੇ ਜਿਵੇਂ ਉਹਨਾਂ ਦੇ ਬਾਕੀ ਦੇ ਸਾਥੀਆਂ ਨੂੰ ਉਮਰ ਕੈਦ ਹੋਈ ਹੈ ਔਰ ਜੋ ਉਹਨਾਂ ਦਾ ਫੈਸਲਾ ਹੈਗਾ ਉਹ ਸਭ ਇਹਨਾਂ ਦਾ ਫੈਸਲਾ ਹੋਣਾ ਚਾਹੀਦਾ ਇਸ ਬੰਦੇ ਨੇ ਨਾ ਕੋਈ ਵਕੀਲ ਕੀਤਾ ਨਾ ਕੋਈ ਇਸਨੇ ਅਪੀਲ ਕੀਤੀ ਹੈ ਇਸਨੇ ਕਨਫੈਸ਼ਨ ਕੀਤਾ ਪਰ ਫਿਰ ਜੁਡੀਸ਼ਰੀ ਨੂੰ ਬਾਕੀਆਂ ਦੇ ਹਿਸਾਬ ਸਿਰ ਜੋ ਹੈ ਇਹਨਾਂ ਨੂੰ ਲਗਾਉਣਾ ਚਾਹੀਦਾ ਉਹਨਾਂ ਨੇ ਕਿਹਾ ਜੀ ਵੀ ਇਹ ਤੁਹਾਡੀ ਜਿਹੜੀ ਪਟੀਸ਼ਨ ਹੈਗੀ ਮੈਂ ਆਫਟਰ 1 ਆਵਰ ਪ੍ਰੈਜ਼ੀਡੈਂਟ ਕੋਲ ਅਸੀਂ ਪਹੁੰਚ ਜਾਏਗੀ ਔਰ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਕਿ ਇਹ ਪਹਿਲੀ ਪਟੀਸ਼ਨ ਉਹ ਕਹਿੰਦੇ ਨੇ ਵੀ ਜਿਹੜੀ ਅਸੀਂ ਤੁਹਾਡੇ ਕੋਲ ਲਈ ਹੈ ਸਾਨੂੰ ਅੱਜ 4:05 ਤੱਕ ਕਿਸੇ ਹੋਰ ਦੀ ਐਸ ਜੀ ਪੀ ਸੀ ਦੀ ਵੀ ਪਟੀਸ਼ਨ ਜਿਹੜੀ ਉੱਥੇ ਨਹੀਂ ਸੀ ਪਹੁੰਚੀ ਉਸ ਤੋਂ ਬਾਅਦ ਪਹੁੰਚੇ ਆਸਾਨੀ ਪਤਾ ਅਤੇ ਉਹਨਾਂ ਨੇ ਆਪ ਕਿਹਾ ਕਿ ਇਹ ਪਹਿਲੀ ਪਟੀਸ਼ਨ ਹੈ ਜਿਹੜੀ ਆਈ ਹੈ ਔਰ ਇਹਨਾਂ ਕਿਹਾ ਸੀ ਬਹੁਤ ਸਿੰਪੈਥੈਟਿਕ ਵਿਊ ਲੀਨੀਅੰਟ ਵਿਊ ਜਿਹੜਾ ਹੈਗਾ ਇਹਦੇ ਬਾਰੇ ਲਵਾਂਗੇ ਸਰ ਸਾਹਿਬ ਚੰਡੀਗੜ੍ਹ ਕੋਰਟ ਦਾ ਫੈਸਲਾ ਆ ਗਿਆ ਜੀ 31 ਮਾਰਚ ਨੂੰ ਹੀ ਫਾਂਸੀ ਹੋ ਕੇ ਰਹੇਗੀ ਹੁਣ ਕੁਛ ਟਾਈਮ ਪਹਿਲੇ ਆਇਆ ਅਰਜ਼ ਹੈਗੀ ਜੀ ਵੀ ਇੱਕ ਲਾ ਪੁਆਇੰਟ ਜਿਹੜਾ ਇਹ ਹੈਗਾ ਜੋ ਇੱਥੋਂ ਦੀ ਗੱਲ ਹੈਗੀ ਉਹ ਹੈਗਾ ਕਿ ਵੰਸ ਸਾਡੀ ਪਟੀਸ਼ਨ ਅਗਰ ਪ੍ਰੈਜ਼ੀਡੈਂਟ ਕੋਲ ਚਲੀ ਜਾਂਦੀ ਹੈ ਬੇਸ਼ੱਕ ਬਲੈਕ ਵਾਰਨ ਦੇ ਉੱਤੇ ਦਸਖਤ ਕੀਤੇ ਜਾਣ ਪਰ ਉਹ ਫਾਂਸੀ ਨਹੀਂ ਲੱਗ ਸਕਦੀ ਅਗਰ ਪ੍ਰੈਜ਼ੀਡੈਂਟ ਕੋਲ ਪਟੀਸ਼ਨ ਔਰ ਉਹ ਵੀ ਪਹਿਲੀ ਪਟੀਸ਼ਨ ਇਹ ਸਾਡੀ ਪਹਿਲੀ ਪਟੀਸ਼ਨ ਜਿਹੜੀ ਪਹੁੰਚੀ ਹੈ ਉਸ ਤੋਂ ਬਾਅਦ ਕੋਈ ਲਾਹ ਨਹੀਂ ਹੈ ਕਿ ਜਿਹੜੀ ਕਿ ਫਾਂਸੀ ਲੱਗੀ ਜਾ ਸਕੇ ਟੈਲੀਫੋਨ ਕੀਤਾ ਸੀ ਮੈਂ ਉਹਨਾਂ ਨੂੰ ਰਿਕੁਐਸਟ ਦਿੱਤੀ ਹੈ ਕਿ ਅਸੀਂ ਪ੍ਰੈਜ਼ੀਡੈਂਟ ਦੇ ਕੋਲ ਅਪੀਲ ਦੇਣ ਵਾਸਤੇ ਜਾ ਰਹੇ ਹਾਂ ਪਰ ਮੇਰੀ ਪਰਸਨਲ ਰਿਕੁਐਸਟ ਹੈਗੀ ਤੁਹਾਨੂੰ ਕਿ ਪੰਜਾਬ ਅਸੈਂਬਲੀ ਇਨ ਸੈਸ਼ਨ ਹੈਗੀ ਔਰ ਪੰਜਾਬ ਅਸੈਂਬਲੀ ਦੇ ਵਿੱਚ ਇਹ ਰੈਜ਼ੋਲੂਸ਼ਨ ਲਿਆਉਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਅਗਲੇ 10 ਸਾਲਾਂ ਵਿੱਚ ਕਿਸੇ ਨੂੰ ਵੀ ਫਾਂਸੀ ਨਹੀਂ ਲੱਗਣੀ ਚਾਹੀਦੀ ਜਦਕਿ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਹੈਗੇ ਮਹਾਰਾਜਾ ਅਮਰਿੰਦਰ ਸਿੰਘ ਨੇ ਵੀ ਕਹਿਤਾ ਵੀ ਅਸੀਂ ਹੱਕ ਵਿੱਚ ਹਾਂ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਕਹਿਤਾ ਵੀ ਪੰਜਾਬ ਦੇ ਵਿੱਚ ਅਮਨ ਕਾਇਮ ਰੱਖਣ ਲਈ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਫਾਂਸੀ ਨਾ ਲਾਈ ਜਾਏ ਅਤੇ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਇਹ ਰੈਜ਼ੋਲੂਸ਼ਨ ਪੰਜਾਬ 'ਚ ਲਿਆ ਰਹੇ ਔਰ ਰੈਜ਼ੋਲੂਸ਼ਨ ਕਰਨ ਤੋਂ ਬਾਅਦ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਹੈਗੀ ਇਸ ਵਾਸਤੇ ਮੇਰੀ ਦੁਬਾਰਾ ਜਥੇਦਾਰ ਸਾਹਿਬ ਨੂੰ ਰਿਕੁਐਸਟ ਹੈ ਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਔਰ ਅਵਤਾਰ ਸਿੰਘ ਮੱਕੜ ਉਹਨਾਂ ਨੂੰ ਕਿਹਾ ਵੀ ਜਾ ਕੇ ਪ੍ਰੈਜ਼ੀਡੈਂਟ ਨੂੰ ਮਿਲੋ ਬਿਹਤਰ ਇਹੀ ਸੀ ਕਿ ਤੁਹਾਨੂੰ ਇਹ ਚਾਹੀਦਾ ਸੀ ਕਿ ਐਲਾਨ ਕਰਨ ਵਕਤ ਤੁਸੀਂ ਸਮੁੱਚੇ ਪੰਥ ਦੀ ਇੱਕ 5 ਮੈਂਬਰੀ 6 ਮੈਂਬਰੀ 7 ਮੈਂਬਰੀ ਕਮੇਟੀ ਬਣਾ ਕੇ ਤਾਂ ਕਿ ਸਮੁੱਚੇ ਪੰਥ ਦੀ ਗੱਲ ਇੱਥੇ ਜਾਂਦੀ ਹੁਣ ਮੇਰੀ ਰਿਕੁਐਸਟ ਹੈਗੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਕਿ ਸਿੱਖਾਂ ਦੀ ਬਦੌਲਤ ਅਕਾਲ ਤਖ਼ਤ ਦੀ ਬਦੌਲਤ ਇਤਨੀ ਦੇਰ ਮੁੱਖ ਮੰਤਰੀ ਬਣੇ ਉਹਨਾਂ ਨੂੰ ਆਪਣਾ ਆਦੇਸ਼ ਜਾਰੀ ਕਰੋ ਕਿ ਅਸੈਂਬਲੀ ਦੇ ਵਿੱਚ 1-9 ਰੈਜ਼ੋਲੂਸ਼ਨ ਲਿਆਇਆ ਜਾਏ ਕਿ ਅਗਲੇ 10 ਸਾਲਾਂ ਵਿੱਚ ਪੰਜਾਬ ਜਾਂ ਚੰਡੀਗੜ੍ਹ ਵਿੱਚ ਕਿਸੇ ਜਗ੍ਹਾ ਕੋਈ ਫਾਂਸੀ ਐਕਸੀਕਿਊਟ ਨਹੀਂ ਕੀਤੀ ਜਾਏ